ਆ ਦੇਖੋ ਜੀ ਆਪਣੀ ਮੋਟਰਸਾਈਕਲ, ਬੜੀ ਐਕਸਾਈਟਮੈਂਟ ਇਹਨੂੰ, ਬਸ ਹੁਣ ਕੱਪੜਾ ਅੱਗੇ ਦੇਖੋ ਮਾਮੇ ਖੜੇ ਨੇ। ਲਓ ਜੀ ਸਾਰੇ ਸਾਧਨ ਕੱਢਤੇ ਬਾਹਰ ਆਪਾਂ। ਪਿੰਡ ਦੇ ਪਿੰਡ ਏ ਯਾਰ, ਜਿੰਨਾ ਮਰਜ਼ੀ ਸ਼ਹਿਰ 'ਚ ਰਹਿ ਲਓ ਪਿੰਡ ਪਿੰਡ ਏ। ਲੈਜੈਂਡ ਸਿੱਧੂ ਮੂਸੇਵਾਲਾ। ਲਓ ਜੀ ਫਾਈਨਲੀ ਹੋ ਗਈ ਸਟਾਰਟ। ਦਿਲ ਤਾਂ ਗੰਦ ਬੜਾ ਪਿਆ ਦੇਖੋ ਗੋਡੇ ਗੋਲੇ। ਲਓ ਚਾਬੀਆਂ ਆ ਗਈਆਂ। ਗੁੱਡ ਮੋਰਨਿੰਗ ਜੀ, ਸਵਾਗਤ ਹੈ ਤੁਹਾਡਾ ਇੱਕ ਹੋਰ ਨਿਊ ਵਲੋਗ ਦੇ ਵਿੱਚ, ਇੱਕ ਹੋਰ ਘੈਂਟ ਵਲੋਗ ਦੇ ਵਿੱਚ। ਸੋ ਰੇਡੀ ਸ਼ੇਡੀ ਹੋ ਗਿਆ, ਟਾਈਮ ਆਪਣਾ 1 ਵੱਜ ਗਿਆ, ਅੱਜ ਵਲੋਗ ਲੇਟ ਸ਼ੁਰੂ ਕੀਤਾ ਅਤੇ ਆਪਣੀ ਕੈਬ ਆ ਚੁੱਕੀ ਬਾਹਰ। ਹੁਣ ਆਪਾਂ ਅੱਜ ਆਪਣੇ ਘਰ ਜਾਣਾ, ਮਾਸੀ ਹੋਰ ਦੇ ਘਰ ਤੋਂ ਚੱਲੇ ਅੱਜ, ਠੀਕ ਆ, ਅਤੇ ਅੱਜ ਆਪਾਂ ਆਪਣੇ ਘਰ ਚੱਲੀਏ। ਸੋ ਆਪਾਂ ਟੱਚੇ ਟੁੱਚੀਆਂ ਸਾਰੀਆਂ ਕਰ ਛੱਡੀਆਂ, ਇੱਥੇ ਖਲੋਤੀਆਂ, ਇੱਥੇ ਆਪਣੀ ਟੱਚੀਆਂ ਪਈਆਂ ਸਾਰੀਆਂ ਆਪਾਂ ਲੈਣੀਆਂ ਬਾਹਰ, ਅਤੇ ਇਹਨਾਂ ਰੌਲਾ ਪਾਇਆ ਇੱਥੇ। ਆ ਗਈ ਆਪਣੀ ਕੈਬ, ਸਮਾਨ ਸਮੂਨ ਰੱਖ ਤਾ ਆਪਾਂ ਵਿੱਚ ਹੀ, ਅਤੇ ਬਸ ਹੁਣ ਚੱਲੀਏ ਆਪਾਂ ਜੀ। ਆਪਾਂ ਤਾਂ ਵਲੋਗ ਨੂੰ ਕਰੀਏ ਸ਼ੁਰੂ। ਲਓ ਜੀ ਪਹੁੰਚ ਗਿਆ ਆਪਾਂ ਘਰ, ਹੁਣੇ ਖੋਲ੍ਹੇ ਬੂਹੇ ਬਾਈ ਆਏ ਆ। ਆਹ ਦੇਖੋ ਘਰ ਦੇ ਵੱਲ ਤਾਂ ਗੰਦ ਬੜਾ ਪਿਆ ਦੇਖੋ, ਗੋਡੇ ਗੋਲੇ ਹੁਣੇ ਖੋਲ੍ਹੇ ਬੂਹੇ ਦੇਖ। ਆਪਣੇ ਇੱਧਰ ਖੜੀਆਂ ਮੋਟਰਸਾਈਕਲ, ਇਹਨਾਂ ਨੂੰ ਦੇਖਣੇ ਆ, ਬਹੁਤ ਐਕਸਾਈਟਮੈਂਟ ਇਹਨਾਂ ਨੂੰ ਚਲਾਉਣ ਦੀ। ਆਹ ਬਾਥਰੂਮ ਦੇਖੋ ਗੰਦ, ਅਤੇ ਇੱਕ ਰੂਮ ਹੈ ਇੱਧਰ ਗੋਡੇ ਕਰੀਏ ਘਰ ਦੀਆਂ, ਅਤੇ ਫਿਰ ਸਫਾਈਆਂ ਬਹੁਤ ਟਾਈਮ ਲੱਗਣਾ ਇੱਥੇ, ਬਹੁਤ ਜ਼ਿਆਦਾ ਗੰਦ ਬੜਾ ਪਿਆ। ਹੁਣ ਕਰੀ ਆਪਾਂ ਹੌਲੀ ਹੌਲੀ ਹੋਈ ਹੈ ਸ਼ੁਰੂ, ਅਤੇ 4 ਵਜੇ। ਆਹ ਦੇਖੋ ਜੀ ਆਪਣੀ ਮੋਟਰਸਾਈਕਲ, ਬੜੀ ਐਕਸਾਈਟਮੈਂਟ ਇਹਨੂੰ, ਬਸ ਹੁਣ ਕੱਪੜਾ ਉਤਾਰੀਏ, ਇਹਨੂੰ ਕਰੀਏ ਸਟਾਰਟ, ਮਾਰ ਕੇ ਆਈਏ ਗੇੜੀ ਛੇੜੀ ਇੱਕ ਅੱਧੀ, ਇੱਧਰ ਵੀ ਐਤਕ ਹੋਰ, ਅਤੇ ਇੱਧਰ ਆਪਣੀ ਸੂਟਰ ਜੀ ਸੂਟਰ ਜੀ। ਇਹ ਆਪਣੀ ਯਮਨ ਦਿਖਾਉਂਦੇ ਤੁਹਾਨੂੰ ਦਿਖਾਉਂਦੇ ਹਾਂ, ਇਹਨੂੰ ਅਜੇ ਬੈਟਰੀਆਂ ਬੂਟਰੀਆਂ ਕਰਕੇ ਇਹਨਾਂ ਦੀਆਂ ਲਾ ਕੇ, ਬੈਟਰੀਆਂ ਲਾ ਕੇ ਰੱਖ ਗਏ ਸੀ ਆਪਾਂ, ਹੁਣ ਇਹਨਾਂ ਨੂੰ ਆਪਾਂ ਬੈਟਰੀਆਂ ਫਿੱਟ ਕਰਕੇ ਦੇਖਦੇ ਹਾਂ, ਜੇ ਬੈਟਰੀ ਹੋਏਗੀ ਤਾਂ ਸਟਾਰਟ ਹੋ ਜਾਏਗੀ, ਅਤੇ ਨਹੀਂ ਤਾਂ ਆਪਾਂ ਇਨਵੇਟਰ ਤੋਂ ਲਾਉਂਦੇ ਹਾਂ ਤਾਰਾਂ ਇਹਨਾਂ ਨੂੰ, ਕਰਨੇ ਹਾਂ ਡਾਇਰੈਕਟ ਸਟਾਰਟ। ਬੁਲਟ ਤਾਂ ਕੋਈ ਨਹੀਂ ਹੋਣੀ ਮੈਨੂੰ ਲੱਗਦਾ ਨਾ, ਕਿਉਂਕਿ ਇਹਦੀ ਬੈਟਰੀ ਪਿਛਲੀ ਵਾਰ ਵੀ ਨਹੀਂ ਇੱਦਾਂ ਹੀ ਕੀਤੀ ਸੀ, ਬੈਟਰੀ ਡੈਡ ਹੋ ਗਈ ਸੀ, ਅਤੇ ਅੱਗੇ ਦੇਖ ਲੈਂਦੇ ਹਾਂ ਜੇ ਹੋਏਗੀ ਤਾਂ ਵਧੀਆ ਗੱਲ ਹੈ, ਨਹੀਂ ਤਾਂ ਆਪਾਂ ਬੈਟਰੀ ਤੋਂ ਕਰਾਂਗੇ ਸਟਾਰਟ। ਚਲੋ ਪਹਿਲਾਂ ਸਫਾਈਆਂ ਕਰੀਏ ਇੱਥੇ ਦੀ, ਗੰਦ ਬਹੁਤ ਹੈ। ਲਓ ਜੀ ਸਾਰਿਆਂ ਨਾਲੋਂ ਪਹਿਲਾਂ ਲਾਈਏ ਕੱਪੜਾ ਆਪਾਂ ਸਕੂਟਰੀ ਦੇ ਉੱਤੋਂ ਦੀ, ਦੇਖਦੇ ਮਾਰ ਕੇ ਸਾਲਾ ਫਿਰ ਹੁੰਦੀ ਸਟਾਰਟ ਕਿ ਨਹੀਂ ਹੁੰਦੀ। ਲਓ ਜੀ ਪਹਿਲਾ ਸਾਧਨ ਤਾਂ ਹੋ ਗਿਆ ਅਨਕਵਰ, ਇਹ ਰਹਿ ਗਏ 2, ਇਹ 2 ਰਹਿ ਗਈਆਂ ਹੁਣ, ਇੱਕ ਹੋ ਗਿਆ ਅਨਕਵਰ, ਇਹਨੂੰ ਚਾਬੀ ਲੈ ਕੇ ਸੈਲਫ ਮਾਰ ਕੇ ਦੇਖੀ ਹੁੰਦੀ ਕਿ ਨਹੀਂ। ਲਓ ਚਾਬੀਆਂ ਆ ਗਈਆਂ, ਇਹ ਆਪਣੀ ਸਕੂਟਰੀ ਦੀ, ਇਹ ਬੁਲਟ ਦੀ, ਇਹ ਯਾਮੇ ਦੀ। ਚਲੋ ਪਹਿਲਾਂ ਬੁਲਟ ਇਹਨੂੰ ਸਕੂਟਰੀ ਨੂੰ ਕਰੀਏ ਸਟਾਰਟ। ਇਗਨੀਸ਼ਨ ਤਾਂ ਹੋ ਗਿਆ ਇਹਦਾ, ਸਟਾਰਟ ਕਰਕੇ ਦੇਖਦੇ ਹਾਂ। ਲਓ ਜੀ ਫਾਈਨਲੀ ਹੋ ਗਈ ਸਟਾਰਟ, ਕੈਮਰਾ ਔਫ ਸੀ ਅਤੇ ਮੈਂ ਮਾਰ ਕੇ ਵੇਖੀ ਸੈਲਫ ਹੋ ਗਈ, ਅਤੇ ਆਪਾਂ ਹੁਣ ਇਹਨੂੰ ਕੱਢੀਏ ਬਾਹਰ ਸਾਰਿਆਂ ਨਾਲੋਂ ਪਹਿਲਾਂ, ਹਵਾ ਚੈੱਕ ਕਰੀਏ ਇਹਦੇ 'ਚ, ਹਵਾ ਸਹੀ ਹੈ, ਚੱਲਣ ਜੋ ਕੀ ਹੈ ਵੇ, ਅਤੇ ਇਹਨੂੰ ਸਾਰਿਆਂ ਨਾਲੋਂ ਪਹਿਲਾਂ ਕੱਢੀਏ ਬਾਹਰ, ਹੁਣ ਫਿਰ ਜਗ੍ਹਾ ਖਾਲੀ ਹੋਏਗੀ, ਫਿਰ ਮੋਟਰਸਾਈਕਲ ਕਰੀਏ, ਫਿਰ ਦੂਜੀ ਕੱਢਣੀ। ਚਲੋ ਇਹਨੂੰ ਪਹਿਲਾਂ ਬਾਹਰ ਕੱਢੀਆ, ਬਾਕੀ ਟੈਂਕੀ ਦੀ ਫੁੱਲ ਹੀ ਆ, ਆਲਮੋਸਟ ਗਰਮ ਹੋ ਗਈ ਹੈ, ਹੁਣ ਇਹਨੂੰ ਕੱਢੀਏ ਬਾਹਰ। ਲਓ ਜੀ ਹੁਣ ਵਾਰੀ ਬੁਲਟ ਦੀ,
ਇਹਦਾ ਵੀ ਕਰੀਏ ਲਈਏ ਕੱਪੜਾ। ਬੁਲਟ ਵੀ ਆਪਣੀ ਹੋ ਗਈ ਅਤੇ ਇੱਧਰ ਦੇਖੋ ਹੁਣ ਇਹਨੂੰ ਵੀ ਲਾਈਏ ਥੱਲੇ ਅਤੇ ਕੱਢੀਏ ਬਾਹਰ। ਇੱਕ ਤਾਂ ਆਪਾਂ ਛੱਡਿਆ ਆ ਬਾਹਰ ਵੀ ਕੱਢਤੀ ਬਾਹਰ ਬੁਲਟ ਲਿਆਈਏ ਹੁਣ। ਲਓ ਜੀ ਇਹਦੇ 'ਚ ਆਪਾਂ ਹਵਾ ਭਰ ਲਈਏ ਪਹਿਲਾਂ ਟਾਇਰ 'ਚ ਘੱਟ ਨਾ ਹੋਈ ਤਾਂ ਪਤਾ ਲੱਗਦਾ ਪਿਆ। ਅਤੇ ਪੰਪ ਲੈ ਆਏ ਸੀ ਆਪਾਂ ਨਵਾਂ ਅਤੇ ਹੁਣ ਪਹਿਲਾਂ ਇਹਨੂੰ ਹਵਾ ਭਰ ਕੇ ਤਿੰਨ ਚਾਰ ਪੰਪ ਮਾਰ ਕੇ ਫਿਰ ਇਹਨੂੰ ਥੱਲੇ ਲਾਈਏ ਅਗਲੇ 'ਚ। ਤਾਂ ਆਲਮੋਸਟ ਆਈ ਥਿੰਕ ਅਗਲੇ 'ਚ ਵੀ ਥੋੜ੍ਹੀ ਜਿਹੀ ਭਰਨੀ ਪੈਣੀ। ਚਲੋ ਹਵਾ ਭਰ ਕੇ ਮਿਲਾਂਗੇ। ਲਓ ਜੀ ਬੁਲਟ ਵੀ ਆਪਾਂ ਕੱਢ ਦਿੱਤੀ ਬਾਹਰ, ਯਾਮੇ ਦਾ ਵੀ ਆਪਾਂ ਕਰਤਾ ਹੋਇਆ ਕੰਮ, ਬੈਟਰੀ ਦੀ ਤਾਰਾਂ ਸੀ ਆਪਾਂ ਜੋੜਤੀ ਹੋਈਆਂ ਅਤੇ ਸੀਟ ਰਹਿ ਗਈ ਬਸ ਇੱਕ ਲਾਉਣ ਵਾਲੀ, ਉਹ ਸੀਟ ਲਾ ਗਏ ਅਤੇ ਇਹ ਫਾਈਨਲੀ ਸਟਾਰਟ ਹੋ ਜਾਂਦੀ। ਬਸ ਇਹਦੇ 'ਚ ਤੇਲ ਪੈਣਾ, ਤੇਲ ਪੈ ਕੇ ਤਾਂ ਸਟਾਰਟ ਹੋ ਜਾਏਗੀ। ਬੁਲਟ ਕੋਈ ਨਹੀਂ ਹੋਈ ਸਟਾਰਟ, ਬੈਟਰੀ ਮੁੱਕ ਗਈ ਇਹਦੀ ਅਤੇ ਉਹਨੂੰ ਆਪਾਂ ਡਾਇਰੈਕਟ ਕਰਨਾ ਪੈਣਾ ਸਾਨੂੰ ਇਨਵੇਟਰ ਦਾ ਉਹਦਾ ਸਿਸਟਮ ਜਿਹਾ। ਅਤੇ ਹੁਣ ਇਹਨੂੰ ਸੀਟ 'ਤੇ ਬੈਠ ਕੇ ਇਹਨੂੰ ਕੱਢੀਏ ਬਾਹਰ ਅਤੇ ਉੱਧਰ ਮੰਮੀ ਨਹੀਂ ਕਰਦੇ ਪਏ ਸਫਾਈਆਂ ਵੈਕਿਊਮ ਕਲੀਨਰ ਨਾਲ, ਅਤੇ ਬਸ ਇਹਨੂੰ ਕੱਢੀਏ ਪਹਿਲਾਂ ਬਾਹਰ ਫਿਰ ਚੱਲੀਏ ਪੈਟਰੋਲ ਪੰਪ ਅਤੇ ਤੇਲ ਲੈ ਕੇ ਆਉਂਦੇ ਹਾਂ ਇਹਦੇ 'ਚ ਪਵਾਈਏ। ਲਓ ਜੀ ਮੋਟਰਸਾਈਕਲ ਕੱਢ ਕੇ ਆਪਾਂ ਬਾਹਰ, ਅਤੇ ਹੁਣ ਸਿਰਫ ਔਰ ਸਿਰਫ ਆਪਣੀ ਜਿਹੜੀ ਸਕੂਟਰੀ ਹੈ ਉਹ ਸਟਾਰਟ ਹੁੰਦੀ ਵੀ ਆ ਪਰ ਉਹਦੇ 'ਚ ਹਵਾ ਨਹੀਂ ਹੈ, ਅਤੇ ਜਿਹੜੀ ਆਪਣੀ ਯਾਮਾ ਉਹ ਵੀ ਸੁੱਚ ਲੱਗ ਗਿਆ ਉਹਦਾ ਕਰੰਟ ਆਉਂਦਾ ਪਿਆ ਪਰ ਉਹਦੇ 'ਚ ਤੇਲ ਨਹੀਂ ਹੈ। ਹੁਣ ਸਾਰਿਆਂ ਨਾਲ ਪਹਿਲਾਂ ਆਪਾਂ ਹਵਾ ਭਰ ਕੇ ਸਕੂਟਰੀ ਦੇ ਵਿੱਚ ਤੇਲ ਲੈਣ ਜਾਂਦੇ ਹਾਂ, ਫਿਰ ਤੇਲ ਲੈ ਕੇ ਯਾਮਾ ਸਟਾਰਟ ਕਰਨੇ ਹੈ, ਫਿਰ ਬੁਲਟ ਬਾਅਦ 'ਚ ਵੇਖਦੇ ਹਾਂ, ਪਹਿਲਾਂ ਆਪਾਂ ਹਵਾ ਭਰੀਏ। ਲਓ ਜੀ ਸਾਰੇ ਸਾਧਨ ਕੱਢ ਤੇ ਬਾਹਰ, ਆਪਾਂ ਆਪਣੇ ਬੈਗ ਬੂਗ ਵੀ ਇੱਦਾਂ ਹੀ ਪਏ, ਟੱਚੀਆਂ ਟੁੱਚੀਆਂ ਦੇਖੋ ਬਾਹਰ ਹੀ ਖਲਾਰਾ ਪਏ ਅੰਦਰ ਪੰਪ ਦੇ ਉੱਤੇ, ਅਤੇ ਹੋਰ ਵੀ ਸਮਾਨ ਲਿਆਉਣਾ ਆਪਾਂ ਥੋੜ੍ਹਾ ਬਹੁਤ ਅਤੇ ਲੱਗ ਜਾਂਦੇ ਆਪਾਂ। ਇੱਧਰ ਫਲਾਈਓਵਰ ਬੰਦਾ ਪਿਆ ਸਾਡੇ ਘਰ ਦੇ ਕੋਲ ਹੀ, ਇੱਧਰ ਸਿੱਧਾ ਬਾਈਪਾਸ ਅਤੇ ਆਪਾਂ ਜਾਂਦੇ ਪਏ ਹਾਂ ਤੇਲ ਜੇ ਮਿਲਦਾ ਪੈਟਰੋਲ ਪੰਪ ਲੱਭਣਾ ਦੇਖਦੇ ਹਾਂ, ਪੈਟਰੋਲ ਪੰਪ 'ਤੇ ਜਾ ਕੇ ਤੇਲ ਵੇਖਦੇ ਹਾਂ ਪਹਿਲਾਂ ਮਿਲਦਾ ਤੇਲ ਲੈ ਕੇ ਫਿਰ ਆਪਾਂ ਸੌਦਾ ਲਿਆਉਣਾ ਹੈ, ਸੌਦਾ ਲਿਆ ਕੇ ਫਿਰ ਆਪਾਂ ਵਾਪਸ ਆ ਜਾਂਦੇ ਘਰ ਪੀਂਦਾ ਸੌਦਾ ਲੈ ਕੇ ਫਿਰ ਆਪਾਂ ਵਾਪਸ ਆ। ਲਓ ਜੀ ਨਿਕਲ ਚੁੱਕੇ ਆਪਾਂ ਤੇਲ ਦੀ ਤਲਾਸ਼ ਦੇ ਵਿੱਚ, ਦੇਖਦੇ ਹਾਂ ਪੈਟਰੋਲ ਪੰਪ ਲੱਭਦਾ ਹੈ ਕਿ ਨਹੀਂ ਲੱਭਦਾ, ਇੱਧਰ ਨੂੰ ਕਹਿੰਦੇ ਹੈ ਤਾਂ ਵੇ ਇੱਕ ਪੈਟਰੋਲ ਪੰਪ, ਬਾਕੀ ਵੇਖਦੇ ਹਾਂ ਲਿਆਉਣਾ ਆਪਾਂ ਥੋੜ੍ਹਾ ਬਹੁਤ ਉਹ ਵੀ ਸੌਦਾ ਲੈਣ ਚੱਲੇ ਹੁਣ। ਟਾਈਮ ਵੇਖੋ ਰਾਤ ਦੇ ਸ਼ਾਮ ਪੈ ਗਈ ਅਤੇ ਮੌਸਮ ਦੇਖੋ ਪੈਲੀਆਂ ਦਾ ਨਜ਼ਾਰਾ, ਇੱਕ ਨੰਬਰ ਪੈਲੀਆਂ ਦਾ ਨਜ਼ਾਰਾ ਯਾਰ, ਇੱਕ ਨੰਬਰ ਅਤੇ ਪਿੰਡ ਦੇ ਪਿੰਡ ਹੈ ਯਾਰ, ਜਿੰਨਾ ਮਰਜ਼ੀ ਸ਼ਹਿਰ 'ਚ ਰਹਿ ਲਓ ਪਿੰਡ ਪਿੰਡ ਹੈ। ਅੱਗੇ ਦੇਖੋ ਮਾਮੇ ਖੜ੍ਹੇ ਨੇ, ਦੇਖੋ ਮਾਮੇ ਧੁੰਦ ਪੈਣ ਲੱਗ ਪਈ ਆ। ਆਹ ਦੇਖੋ ਜੀ ਆਲੂ ਦੀ ਖੇਤੀ ਕੀਤੀ ਹੋਈ ਇੱਥੇ, ਮਿਲਦਾ ਲੋਕੇਸ਼ਨ ਕਿੱਡੀ ਵਧੀਆ ਸੋਹਣੀ। ਲਓ ਜੀ ਪਿੰਡ 'ਚ ਆਪਾਂ ਆ ਗਏ ਸੀ ਅਤੇ ਇੱਥੇ ਬਾਬਾ ਬੋਲਦਾ ਮੈਂ ਪਾਠ ਪੜ੍ਹਦਾ ਹੋਇਆ ਸ਼ਾਮਾਂ ਦਾ ਟਾਈਮ, ਦੇਖੋ ਸਕੂਨ ਵੇਖੋ ਕਿੰਨਾ ਮਿਲਦਾ, ਧਿਆਨ ਨਾਲ ਸੁਣੋ। ਲਓ ਜੀ ਸਮਾਨ ਲੈ ਲਿਆ ਆਪਾਂ, ਤੈਨੂੰ ਰੱਖੀਏ ਇਹ ਡਿੱਗ ਚੱਲਿਆ ਸਰ। ਲਓ ਜੀ ਸਮਾਨ ਲੈ ਲਿਆ ਆਪਾਂ ਅਤੇ ਅਨਬੋਕਸ ਲਈ ਘਰ, ਪੈਟਰੋਲ ਪੰਪ ਤਾਂ ਹੈ ਨਹੀਂ ਅਤੇ ਲਾਗੇ ਲਾਗੇ ਮੈਂ ਪੁੱਛਿਆ ਯਾਰ, ਅਤੇ ਬਾਕੀ ਆਪਾਂ ਸਵੇਰੇ ਹੀ ਜਾਵਾਂਗੇ ਪੈਟਰੋਲ ਲੈਣ, ਦੇਖਦੇ ਜੀ ਪੈਟਰੋਲ ਪੰਪ ਦੂਰ ਆ 1.5 ਕਿਲੋ 10-12 ਕਿਲੋਮੀਟਰ ਦੂਰ ਆ ਇੱਥੋਂ ਦੀ। ਲਓ ਜੀ ਆ ਗਏ ਘਰ ਆਪਾਂ, ਲੈ ਆਏ ਹਾਂ ਸਮਾਨ ਅਤੇ ਇੱਧਰ ਖਿਲਾਰਤੀ ਆਪਾਂ ਤਿੰਨੋਂ ਚੀਜ਼ਾਂ, ਅਤੇ ਹੁਣ ਹਨੇਰਾ ਪੈ ਗਿਆ ਇਹਨਾਂ ਨੂੰ ਅੰਦਰ ਵਾੜੀਏ, ਤਰੇਲ ਡਿੱਗਣੀ ਸ਼ੁਰੂ ਹੋ ਜਾਣੀ, ਧੋਤੀਆਂ ਨੇ ਖਰਾਬ ਹੋ ਜਾਣੀਆਂ, ਫਿਰ ਅੰਦਰ ਵਾੜੀਏ ਇਹਨਾਂ ਨੂੰ ਅਤੇ ਰੋਟੀ ਰੋਟੀ ਖਾਈਏ, ਵਲੋਗ ਕਰੀਏ ਐਡਿਟ ਅਤੇ ਦੱਸੋ ਜੀ ਮੈਨੂੰ ਅੰਦਰ ਵੜਨੇ ਪਹਿਲਾਂ ਹੁਣ। ਲਓ ਜੀ ਰੋਟੀ ਖਾ ਕੇ ਕੋਠੇ 'ਤੇ ਆਏ ਸੀ ਆਪਾਂ ਸੈਰ ਸੂਰ ਕਰਨ,
ਤੇ ਨਾਲੇ ਪਾਣੀ ਓਪਨ ਕਰਨਾ ਹੀ ਥੱਲੇ ਟੂਟੀਆਂ 'ਚ ਨਹੀਂ ਆਉਂਦਾ ਪਿਆ ਅਤੇ ਉਹ ਆਪਾਂ ਕਰਤਾ। ਅਤੇ ਬਸ ਅੱਜ ਦੇ ਵਲੋਗ 'ਚ ਇੰਨਾ ਹੀ, ਕੁਛ ਖਾਸ ਨਹੀਂ ਸੀ, ਸਪੈਸ਼ਲ ਨਹੀਂ ਸੀ, ਛੋਟਾ ਜਿਹਾ ਵਲੋਗ ਸੀ ਅੱਜ ਦਾ ਸਿੰਪਲ। ਅਤੇ ਇਸ ਵਲੋਗ ਨੂੰ ਇੱਥੇ ਆਪਾਂ ਖਤਮ ਕਰੀਏ। ਜੇ ਵਲੋਗ ਵਧੀਆ ਲੱਗਾ ਤਾਂ ਲਾਈਕ ਕਰ ਦਿਓ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਮਿਲਦੇ ਹਾਂ ਛੇਤੀ ਨੈਕਸਟ ਵਲੋਗ ਦੇ ਵਿੱਚ। ਟਿਲ ਦੈਨ ਟੇਕ ਕੇਅਰ, ਬਾਏ ਬਾਏ ਸਾਰਿਆਂ ਨੂੰ।